हाँ जी गाइस तुसी ते इनू जानदे हो कि जिन्ने अपना फर्स्ट व्लॉग किया है तो चलो तुहानू गाइस अज आप खाण पीन आए हुए हैं ਤੁਹਾਨੂੰ ਲੋਕੇਸ਼ਨ ਵੀ ਸੈਂਡ ਕਰ ਦਾਂਗੇ ਬੜੀ ਵਧੀਆ ਹੈਗੀ ਆ ਤੁਸੀਂ ਵੀ ਜ਼ਰੂਰ ਆਉਣਾ ਵਧੀਆ ਹੈਗਾ ਅਤੇ ਚਲੋ ਆਪਾਂ ਵੀ ਪੀਜ਼ਾ ਕੀਤਾ ਹੋਇਆ ਵਾ ਔਡਰ ਅਤੇ ਅੱਗੋਂ ਤੁਹਾਨੂੰ ਦਿਖਾਉਂਦੇ ਕਿੱਦਾਂ ਦਾ ਟੇਸਟ ਵਗੈਰਾ ਸਭ ਕੁਝ ਦੱਸਾਂਗੇ ਵਲੋਗ 'ਚ ਹੀ ਅਤੇ ਚਲੋ ਆ ਜਾਓ ਤੁਹਾਨੂੰ ਅੱਗੇ ਜਾ ਕੇ ਮਿਲਦੇ ਹਾਂ ਪੀਜ਼ਾ ਹੋ ਗਿਆ ਜੀ ਗਾਇਸ ਅਤੇ ਤਿੰਨ ਚੋਕਲੇਟ ਸ਼ੇਕ ਕਰਾਏ ਆ ਅਤੇ ਇੱਕ ਪੀਜ਼ਾ ਕਰਾਇਆ ਨਾਲੇ ਯਾਰ ਜੇ ਵਲੋਗ ਦੇਖਦੇ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਵਲੋਗ ਨੂੰ ਅਤੇ ਹੁਣ ਬਸ ਨਵੇਂ ਨਵੇਂ ਵਲੋਗ ਆਇਆ ਕਰਨਗੇ ਬਸ ਤੁਸੀਂ ਕਮੈਂਟ 'ਚ ਦੱਸਿਆ ਕਰੋ ਤੁਸੀਂ ਪਲੀਜ਼ ਸਪੋਰਟ ਕਰਿਓ ਜ਼ਰੂਰ ਭਰਾ ਨੂੰ ਚਲੋ ਤੁਹਾਨੂੰ ਪੀ ਕੇ ਵਿਖਾਉਂਦੇ ਟੇਸਟ ਹੀ ਗਾ ਕਿ ਨਹੀਂ ਪਹਿਲੀ ਵਾਰੀ ਟਰਾਈ ਕਰਨ ਲੱਗੇ ਹਾਂ ਆਮਲਾ ਅਤੇ ਚਲੋ ਫਿਰ ਪੀ ਕੇ ਦੱਸਦੇ ਹਾਂ ਆਈ ਕਰ ਰਹੇ ਤੇ ਆਹ ਭਾਈ ਵੀ ਆਪਣੇ ਵਧੀਆ ਦੋਸਤ ਆ ਅਤੇ ਚਲੋ ਫਿਰ ਅੱਗੋਂ ਮਿਲਦੇ ਤੁਹਾਨੂੰ ਅਤੇ ਚਲੋ ਅੱਗੋਂ ਤੁਹਾਨੂੰ ਮਿਲਦੇ ਹਾਂ ਇਹਦੇ ਘਰੋਂ ਫੋਨ ਆ ਗਿਆ ਅਤੇ ਹੁਣ ਆਪਾਂ ਚੱਲੇ ਕੰਮ ਫਿਰ ਅੱਗੋਂ ਮਿਲਦੇ ਤੁਹਾਨੂੰ ਪਤਾ ਨਹੀਂ ਕਿਹੜੀਆਂ ਗਲੀਆਂ ਤੁਹਾਨੂੰ ਲੱਗੀ ਜਾਂਦਾ ਜਿੱਧਰ ਆਪਾਂ ਕਦੀ ਆਏ ਵੀ ਨਹੀਂ ਜਿਹੜੇ ਕਿ ਆਪਾਂ ਐਕਟੀਵਾ 'ਚ ਛੁੱਟੀ ਚੇਤਾ ਆ ਡਰਾਈਵਰ ਕੌਣ ਕੌਣ ਸੀ ਆਪਾਂ ਮੈਂ ਦਿੱਲੀ क्या नाम लोग चलो तुहानू बता दे कि गल हुई है ड्राइवर ਖਾਣ ਚ ਨਾ ਇੰਨਾ ਆਪਾਂ ਬਿਜ਼ੀ ਬੈਗ ਉੱਤੇ ਭੁੱਲਿਆ ਸਕੂਲ ਦਾ ਗਾਇਸ ਤੇ ਵੇਖੋ ਇੰਨੀ ਕਾਲੀ ਆ ਮੁੰਡੇ ਨੂੰ ਆਪਣੇ ਵਿਆਹ ਦੇ ਸਿਹਰੇ ਦੀ ਅਤੇ ਆਪਣਾ ਬੈਗ ਉੱਥੇ ਭੁੱਲ ਆਏ ਆ ਸਕੂਲ ਵਾਲਾ ਜਿਹੜਾ ਮੈਂ ਲੈ ਕੇ ਗਿਆ ਸੀ ਅਤੇ ਬੜੇ ਹੁਣ ਵੇਖਦੇ ਹਾਂ ਉੱਥੇ ਹੈਗਾ ਕਿ ਨਹੀਂ ਬੈਗ ਚੋਰੀ ਹੋ ਗਿਆ ਜੇ ਨਾ ਹੋਇਆ ਤਾਂ ਫਿਰ ਰਾਜਵੀਰ ਕੋ ਵਸੂਲ ਕਰਾਂਗੇ ਲੈ ਕੇ ਮੇਰਾ ਇੱਕ ਪੂਰਾ ਰਾਜਵੀਰ 50 ਰੁਪਏ ਵਾਲਾ ਗੱਤਾ ਵਿਆਹ ਸੀ ਵਿੱਚ ਅਤੇ ਮੈਂ ਤੈਨੂੰ ਮੈਂ ਦੱਸ ਮੈਨੂੰ ਡਰ ਆ ਫੋਨ ਨਾ ਖੋ ਕੇ ਲੈ ਜਾਏ ਅੱਡਾ ਤੇ ਗਾਇਸ ਮੇਰੀ ਬਾਂਹ ਬੁੜੀ ਪੀੜੋਂ ਲੱਗ ਪਈ ਏ ਤੇ ਧੰਨ ਆ ਪੀਰ ਅੰਗੜੀਆ ਸਾਡੇ ਕੋਲ 4 ਸੈਕਿੰਡ ਦਾ ਨੀ ਬਣਦਾ ਪਹਿਲੇ ਗਾਲਾਂ ਸੁਣਨੀਆਂ ਮਨਜ਼ੂਰ ਤੈਨੂੰ ਯਾਰ ਮੇਰੀ ਤੇ ਬਾਂਹ ਪੀੜੋਂ ਲੱਗ ਪਤਾ ਨੀ ਕਿਵੇਂ ਬਣਾ ਲੈਂਦੇ ਲੋਕੀ ਵਲੋਗ ਸਾਨੂੰ ਤਾਂ ਕੋਈ ਵੀ ਨਹੀਂ ਮਿਲਿਆ ਜੇ ਆਪਾਂ ਤੇ ਬੈਗ ਚੁੱਕ ਲਿਆਏ ਆ ਜੀ ਅਤੇ ਉਹਨੂੰ ਕਦੋਂ ਫੋਨ ਆਉਂਦੇ ਅਤੇ ਦੋਸਤ ਸਾਡਾ ਇਕੱਲਾ ਆ ਹੁਣ ਆਪਾਂ ਆ ਗਏ ਹਾਂ ਅਤੇ ਮਿੱਤਰੋ ਬਸ ਇੰਨੇ ਜਾਣਾ ਵਾ ਮਿੱਟੀ ਲੈਣ ਅਤੇ ਹੁਣ ਉੱਧਰ ਚੱਲੇ ਆ ਫਿਰ ਅੱਗੋਂ ਵਿਖਾਉਂਦੇ ਹਾਂ ਤੁਹਾਨੂੰ ਅਤੇ ਚਲੋ ਮਿਲਦੇ ਹਾਂ ਅੱਗੇ ਜਾ ਕੇ ਹਾਂਜੀ ਗਾਇਸ ਅਤੇ ਮੁੰਡੇ ਦਾ ਇੱਕ ਲੋਸਟ ਹੋ ਗਿਆ ਜੀ
ਲੋਸ ਹੋਇਆ ਕਿ ਲੋਸ ਲੋਸ ਹੋਇਆ ਸੀ ਅਤੇ 50 ਰੁਪਏ ਉੱਠ ਗਏ ਜਿਹਦੇ ਅਕਾਊਂਟ 'ਚ ਮੈਂ ਕਿੰਨਾ ਪੱਕੇ ਰਹਿੰਦਾ ਸੀ ਸੈਂਡ ਕਰਨ ਅਤੇ ਉਹ ਡਾਲ ਕੇ ਬਹਿ ਗਿਆ ਆ ਚਲੋ ਫਿਰ ਆਪਾਂ ਜਿਹੜੀ ਅੱਜ ਸਰਵਰ ਡਾਊਨ ਅੱਜ ਸਰਵਰ ਡਾਊਨ ਅੱਜ ਮੁੰਡੇ ਨੇ ਕਿਹਾ ਸੀ ਕਿ ਮੈਂ ਪਾਲਟੀ ਕਰਾਵਾਂਗਾ 50 ਰੁਪਏ ਦੀ ਅਤੇ ਹੁਣ ਦੇਖੋ ਕਰਾਉਂਦੇ ਬਾਕੀ ਮਿੱਤਰੋ ਹੋਪ ਕਰਦਾ ਕਿ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਾ ਹੋ ਜੇ ਵਧੀਆ ਲੱਗਾ ਹੋਵੇ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ ਯਾਰ ਵਲੋਗ ਜੇ ਵੇਖਦੇ ਹੋ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਅਤੇ ਨਾਲੇ ਅੱਗੋਂ ਤੁਸੀਂ ਕਮੈਂਟ ਦੇ ਵਿੱਚੋਂ ਜ਼ਰੂਰ ਦੱਸੋ ਕਿ ਅਸੀਂ ਅਗਲੇ ਵਲੋਗ ਕਾਹਦੇ 'ਤੇ ਲਿਆਈਏ ਅਤੇ ਤੁਹਾਡੀ ਡਿਮਾਂਡ 'ਤੇ ਜ਼ਰੂਰ ਆਉਣਗੇ ਵਲੋਗ ਅਤੇ ਦੱਸ ਦਿਓ ਵਲੋਗ ਨੂੰ ਕੀ ਕਰਨਾ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਅਤੇ ਵਲੋਗ ਨੂੰ ਲਾਈਕ ਜ਼ਰੂਰ ਕਰ ਦਿਓ ਹੋਪ ਕਰਦਾ ਜੇ ਅੱਜ ਦਾ ਵਲੋਗ ਵਧੀਆ ਲੱਗਾ ਤਾਂ ਫਿਰ ਲਾਈਕ ਜ਼ਰੂਰ ਕਰ ਦਿਓ।